ਸਤਿਕਾਲ ਜੀ ਸਾਰਿਆਂ ਨੂੰ। ਅੱਜ ਦੀ ਵੀਡੀਓ ਅਸੀਂ ਜਰਮਨ ਦੇ APS ਦੇ ਪ੍ਰੋਸੈਸ ਦੇ ਉੱਤੇ ਲੈ ਕੇ ਆਏ ਹਾਂ। ਬਹੁਤ ਸਾਰੇ ਡਾਊਟਸ ਕੁਐਰੀਜ਼ ਬੱਚਿਆਂ ਦੀਆਂ ਆਉਂਦੀਆਂ ਨੇ। APS ਪ੍ਰੋਸੈਸ ਦਾ ਬੱਚਿਆਂ ਨੂੰ ਨਹੀਂ ਪਤਾ ਲੱਗਦਾ, APS ਕੀ ਹੈ, ਇਹਨੂੰ ਕਿੱਦਾਂ ਕੀਤਾ ਜਾਂਦਾ, ਇਹਨੂੰ ਸਭ ਤੋਂ ਮੇਜਰ ਕੁਐਸਚਨ ਬੱਚਿਆਂ ਦਾ ਇਹੀ ਹੈ ਕਿ APS ਦੇ ਪ੍ਰੋਸੈਸ ਨੂੰ ਕਿੰਨੇ ਦਿਨ ਲੱਗਦੇ ਆ, ਕਿ ਸਾਡੇ ਤਿੰਨ ਤਿੰਨ ਚਾਰ ਚਾਰ ਮਹੀਨੇ ਵੀ ਹੋ ਗਏ ਆ ਸਾਡੇ APS ਨਹੀਂ ਹੋ ਕੇ ਆਏ। APS ਡਾਕੂਮੈਂਟਸ ਦੀ ਵੈਰੀਫਿਕੇਸ਼ਨ ਬਾਰੇ ਹੈ। ਜਰਮਨ ਦੀ ਸਟੱਡੀ ਐਪਲੀਕੇਸ਼ਨ ਦੇ ਵਿੱਚ ਇਹ ਮੰਡੇਟਰੀ ਡਾਕੂਮੈਂਟ ਹੈ। ਜੇ ਤੁਸੀਂ ਜਰਮਨ ਦੀ ਸਟੱਡੀ ਐਪਲੀਕੇਸ਼ਨ ਕਰਨੀ ਹੈ ਤਾਂ ਉਹਦੇ ਵਿੱਚ APS ਮੰਡੇਟਰੀ ਹੈ ਕਿ ਤੁਸੀਂ ਆਪਣੇ ਡਾਕੂਮੈਂਟਸ ਵੈਰੀਫਾਈ ਕਰਾਓ ਕਿ ਤੁਹਾਡੇ ਐਜੂਕੇਸ਼ਨਲ ਡਾਕੂਮੈਂਟਸ ਠੀਕ ਨੇ, ਉਹਨਾਂ ਦੇ ਵਿੱਚ ਕੁਛ ਫੇਕ ਜਾਂ ਕੁਛ ਫਰੋਡ ਤਾਂ ਨਹੀਂ ਹੈ। ਉਸ ਵਾਸਤੇ APS ਦੀ ਵੈਰੀਫਿਕੇਸ਼ਨ ਕੀਤੀ ਜਾਂਦੀ ਹੈ। ਆਓ ਅਸੀਂ ਅੰਕੜੇ ਲੈ ਕੇ ਆਉਂਦੇ ਹਾਂ ਤੁਹਾਡੇ ਨਾਲ। ਕਲਾਇੰਟ ਨੰਬਰ 1 ਨੇ, ਇਹਨਾਂ ਨੇ ਅਪਲਾਈ ਕੀਤਾ 3 ਮਈ ਨੂੰ, 7 ਜੂਨ ਨੂੰ ਇਹਨਾਂ ਦਾ ਰਿਸੀਵ ਹੋ ਗਿਆ, ਜਿਹਨੂੰ ਕਿ ਤਕਰੀਬਨ 33 ਦਿਨ ਲੱਗੇ। ਕਲਾਇੰਟ 2, ਇਹਨਾਂ ਦਾ ਅਪਲਾਈ ਕੀਤਾ 12 ਜੂਨ ਨੂੰ, ਰਿਸੀਵ ਹੋ ਗਿਆ 9 ਜੁਲਾਈ ਨੂੰ, ਤਕਰੀਬਨ 26 ਦਿਨ ਲੱਗੇ। ਕਲਾਇੰਟ ਨੰਬਰ 3, 5 ਜੂਨ ਨੂੰ ਅਪਲਾਈ ਕੀਤਾ, 27 ਜੂਨ ਨੂੰ ਰਿਸੀਵ ਹੋ ਗਿਆ, ਬਸ 22 ਦਿਨ ਲੱਗੇ। ਅਤੇ ਕਲਾਇੰਟ 4, 12 ਜੁਲਾਈ ਨੂੰ ਅਸੀਂ ਅਪਲਾਈ ਕੀਤਾ, 8 ਅਗਸਤ ਨੂੰ ਰਿਸੀਵ ਹੋ ਗਿਆ, 25 ਦਿਨ ਤਕਰੀਬਨ ਲੱਗੇ। ਕਲਾਇੰਟ 5, 22 ਜੁਲਾਈ ਨੂੰ ਆਪਾਂ ਅਪਲਾਈ ਕੀਤਾ, 21 ਅਗਸਤ ਨੂੰ ਰਿਸੀਵ ਹੋ ਗਿਆ, ਤਕਰੀਬਨ 29 ਦਿਨ ਲੱਗੇ। ਕਲਾਇੰਟ 6, 14 ਅਗਸਤ ਨੂੰ ਆਪਾਂ ਅਪਲਾਈ ਕੀਤਾ ਅਤੇ 12 ਸਪਤੰਬਰ ਨੂੰ ਰਿਸੀਵ ਹੋ ਗਿਆ, ਤਕਰੀਬਨ 28 ਦਿਨ ਲੱਗੇ। ਤੁਸੀਂ ਸਾਰੇ ਇਹ ਕੁਛ ਕਲਾਇੰਟਸ ਮੈਂ ਦੱਸੇ, ਕੁਛ ਨਹੀਂ ਵੀ ਦੱਸੇ, ਇਹ ਤੁਸੀਂ ਦੇਖ ਸਕਦੇ ਹੋ। ਸਾਰੇ APS ਨੂੰ ਟਾਈਮ ਤਕਰੀਬਨ 1 ਮਹੀਨੇ ਤੋਂ ਘੱਟ ਲੱਗਾ, 28 ਦਿਨ, 29 ਦਿਨ, ਇੱਕ ਨੂੰ ਹੀ ਬਸ 33 ਦਿਨ ਲੱਗੇ ਆ। ਜੇ ਮੈਂ ਤੁਹਾਨੂੰ ਲਾਸਟ 'ਤੇ ਦੱਸਣਾ ਚਾਹੁੰਦਾ, ਜੇ ਤੁਸੀਂ ਡਾਕੂਮੈਂਟੇਸ਼ਨ ਠੀਕ ਤਰੀਕੇ ਨਾਲ ਕਰਦੇ ਹੋ ਤਾਂ ਤੁਸੀਂ ਆਪ ਜਾਂ ਤੁਹਾਡਾ ਏਜੰਟ ਅੱਛੇ ਤਰੀਕੇ ਨਾਲ ਉਹ ਪ੍ਰੋਸੈਸ ਕਰ ਰਿਹਾ ਅਤੇ ਇਸ ਨੂੰ ਤਕਰੀਬਨ ਇੰਨਾ ਟਾਈਮ ਹੀ ਲੱਗਦਾ। ਵਧੇਰੇ ਜਾਣਕਾਰੀ ਲਈ, ਜਰਮਨ ਦੇ ਸਟੱਡੀ ਪਰਮਿਟਸ ਦੇ ਲਈ, ਜਰਮਨ ਦੀ ਸਟੱਡੀ ਐਪਲੀਕੇਸ਼ਨ ਦੇ ਲਈ ਤੁਸੀਂ ਵਿਜ਼ਿਟ ਕਰ ਸਕਦੇ ਹੋ ਗ੍ਰੀਨਲੈਂਡ ਇਮੀਗ੍ਰੇਸ਼ਨ, ਹੇਠ ਦਿੱਤੇ ਨੰਬਰਾਂ 'ਤੇ ਡਾਇਲ ਕਰ ਸਕਦੇ ਹੋ, ਐਡਰੈਸ ਮੈਂਸ਼ਨਡ ਹੈ। ਧੰਨਵਾਦ।